ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ PBC ਚੈਨਲ ਅਤੇ ਮੈਂ ਸੰਦੀਪ ਸਿੰਘ। ਅੱਜ ਅਸੀਂ ਪਹੁੰਚੇ ਹਾਂ GNG ਗੁਰਦੁਆਰਾ ਸਮੈਥਿਕ ਵਿਖੇ, ਜਿਸੇ ਬੇਸਿਕ ਆਫ ਸਿੱਖੀ ਜਿਹੜਾ ਬੱਚਿਆਂ ਦੇ ਲਈ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਖਾਸ ਉਪਰਾਲਾ ਕੀਤਾ ਗਿਆ ਕਿ ਅੱਜ ਬੱਚਿਆਂ ਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ, ਖਾਸ ਕਰਕੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਦੇ ਲਈ, ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਬਾਰੇ ਦੱਸਣ ਦੇ ਲਈ, ਆਪਾਂ ਗੁਰੂ ਘਰ ਦੇ ਵਿੱਚ ਗੁਰੂ ਮਰਿਆਦਾ ਦੇ ਵਿੱਚ ਕਿੱਦਾਂ ਰਹਿਣਾ ਅਤੇ ਗੁਰੂ ਦੇ ਦੱਸੇ ਹੋਏ ਸਿਧਾਂਤਾਂ ਉੱਤੇ ਕਿੱਦਾਂ ਚੱਲਣਾ, ਕਿਉਂਕਿ ਇੱਕ ਖਾਸ ਉਪਰਾਲੇ ਕਰਨੇ ਪੈਂਦੇ ਨੇ। ਮੈਂ ਧੰਨਵਾਦ ਕਰਦਾ GNG ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਕਿ ਜਿਨ੍ਹਾਂ ਨੇ ਖਾਸ ਉਪਰਾਲੇ ਹਰ ਸਾਲ ਕਰਦੇ ਨੇ। ਅਤੇ ਅੱਜ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੇ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਬੱਚੇ ਆਏ ਹੋਏ ਨੇ ਅਤੇ ਬੱਚੇ ਆਪਣਾ ਇੰਜੋਏ ਕਰ ਰਹੇ ਨੇ। ਜਿੱਥੇ ਆਪਣਾ ਇੰਜੋਏ ਕਰ ਰਹੇ ਨੇ ਉੱਥੇ ਗੁਰੂ ਦੇ ਦੱਸੇ ਹੋਏ ਸਿਧਾਂਤਾਂ ਨੂੰ ਵੀ ਅਪਣਾ ਰਹੇ ਨੇ, ਕਿਉਂਕਿ ਖਾਸ ਕਰਕੇ ਇੱਕ ਸੈਮੀਨਾਰ ਦੇ ਰੂਪ ਵਿੱਚ ਇੱਥੇ ਇੱਕ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਇੱਕ ਕੰਮ ਕਰਵਾ ਰਹੀ ਆ ਉਹਨਾਂ ਵੱਖ ਵੱਖ ਆਗੂਆਂ ਨੂੰ, ਉਹਨਾਂ ਵੱਖ ਵੱਖ ਸਿੱਖਿਆਦਾਇਕ ਲੋਕਾਂ ਨੂੰ ਜਿਹੜੇ ਬੱਚਿਆਂ ਨੂੰ ਇਸ ਸਿੱਖਿਆ ਦੇ ਨਾਲ, ਇਸ ਧਰਮ ਦੇ ਨਾਲ ਜੋੜ ਕੇ ਰੱਖਣਾ, ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਖਾਸ ਕਰਕੇ ਉਹਨਾਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਕਿ ਜਿਹੜੀਆਂ ਸਾਡੇ ਤੋਂ ਵਿਛੜ ਰਹੀਆਂ ਨੇ, ਸਾਡੇ ਤੋਂ ਦੂਰ ਹੋ ਰਹੀਆਂ ਨੇ। ਅੱਜ ਉਹਨਾਂ ਗੱਲਾਂ ਕਰਕੇ ਹੀ ਅੱਜ ਇਹ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਕਿ ਬੱਚੇ ਠੀਕ ਹੈ, ਸ਼ੁਰੂ ਤੋਂ ਇੱਕ ਨੀਂਵ ਨੂੰ ਮਜ਼ਬੂਤ ਕਰਨਾ, ਇੱਕ ਜਿਹੜੀ ਇਮਾਰਤ ਦੀ ਉਸਾਰੀ ਉਹ ਇੱਕ ਨੀਂਵ ਉੱਤੇ ਬਹੁਤ ਡਿਪੈਂਡ ਕਰਦੀ ਸੀ, ਉਹਦੀਆਂ ਜਿਹੜੀਆਂ ਨੀਵਾਂ ਮਜ਼ਬੂਤ ਹੋਣ ਤਾਂ ਉਹ ਬੱਚਾ ਜਿਹੜੀ ਇਮਾਰਤ ਵੀ ਖੜ੍ਹ ਜਾਂਦੀ ਹੈ ਅਤੇ ਜਿਹੜੇ ਬੱਚਿਆਂ ਦੀ ਜਿਹੜੀ ਜੜ ਮਜ਼ਬੂਤ ਹੋਵੇ ਤਾਂ ਉਹ ਬੱਚੇ ਵੀ ਫਿਰ ਐਂਡਲੇ ਦਮ ਤੱਕ ਜਿਹੜਾ ਉਹ ਬੱਚੇ ਗੁਰੂ ਦੇ ਮਹਾਰਾਜ ਦੇ ਨਾਲ ਗੁਰੂ ਦੇ ਦੱਸੇ ਸਿਧਾਂਤਾਂ ਦੇ ਨਾਲ ਜੁੜੇ ਰਹਿੰਦੇ ਨੇ। ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਬੱਚੇ, ਛੋਟੇ ਛੋਟੇ ਬੱਚੇ ਇੱਥੇ ਆਏ ਹੋਏ ਨੇ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਇਹ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਅਤੇ ਅੱਜ ਕੀ ਕਰਨ ਆਏ ਹੋ ਇੱਥੇ ਗੁਰਦੁਆਰਾ ਸਾਹਿਬ? ਲੰਗਰ ਵਿਸਾਖੀ ਕੈਂਪ, ਸਿੱਖੀ ਕੈਂਪ ਲੈਣ ਬਾਅਦ ਵਿਸਾਖੀ ਗੁਰੂ ਗੋਬਿੰਦ ਸਿੰਘ ਜੀ ਪੰਜ ਪਿਆਰੇ ਵਿਸਾਖੀ ਕੈਂਪ ਦੱਸ। ਵਿਸਾਖੀ ਕੈਂਪ ਦੇ ਲਈ ਇੱਥੇ ਆਏ ਹੋ, ਕਿਹੜੀ ਕਲਾਸ ਵਿੱਚ ਪੜ੍ਹਦੇ ਹੋ? ਗਰੁੱਪ 3 11 ਟੂ 12 ਈਅਰਸ ਓਲਡ। ਘਰ ਦੇ ਵਿੱਚ ਜ਼ਿਆਦਾ ਕਿਹੜੀ ਭਾਸ਼ਾ ਬੋਲਦੇ ਆ, ਪੰਜਾਬੀ ਕਿ ਇੰਗਲਿਸ਼ ਬੋਲਦੇ ਆ? ਇੰਗਲਿਸ਼। ਤੇ ਪੰਜਾਬੀ ਘੱਟ ਬੋਲਦੇ ਹੋ? ਪੰਜਾਬੀ ਕਿਉਂ ਨਹੀਂ ਬੋਲਦੇ? I only understand English. ਲੈਣ ਫਿਰ ਇਹ ਮੰਮੀ ਡੈਡੀ ਕਿਹੜੀ ਭਾਸ਼ਾ ਬੋਲਦੇ ਆ? Yeah, they try teach me. ਹਾਂ, ਸਿਖਾਉਂਦੇ ਹੁੰਦੇ ਆ ਪੰਜਾਬੀ ਸਕੂਲ ਆਗਾ। ਪੰਜਾਬੀ ਸਕੂਲ, ਕਿਹੜੇ ਪੰਜਾਬੀ ਸਕੂਲ 'ਚ ਪੜ੍ਹਦੇ ਆ? ਸਿੰਘ ਸਭਾ ਗੁਰਦੁਆਰਾ ਵੋਸੋ। ਬੋਲਸਲਵਰ ਤੋਂ? ਬੋਲਸਲ ਤੋਂ ਆਏ ਹੋ, ਕੌਣ ਛੱਡ ਕੇ ਗਿਆ ਤੁਹਾਨੂੰ? I think it's my mom and dad. ਮਮ ਐਂਡ ਡੈਡ ਛੱਡ ਕੇ ਗਏ, ਕੀ ਕਿਹਾ ਉਹਨਾਂ ਨੇ, ਕੀ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਕੀ ਸਿੱਖਣਾ ਤੁਸੀਂ? We learn about, so first we do Santya, which is like reading Gurbani, then we do Punjabi, and then we do Gatka. Kabaddi. Gatka sikhna shuru kita ya nahi haje? There's like a lot of people goes there, like tons, and it's just really good for like culture and how to deepen dive into your culture. Yes. Ki karna chahunga? Me do chikara. No. Bole ਬਿਲਕੁਲ ਜੀ, ਬੱਚੇ ਛੋਟੇ ਛੋਟੇ ਆਏ ਨੇ, ਸਕੂਲਾਂ ਦੇ ਵਿੱਚ ਪੜ੍ਹਦੇ ਨੇ ਅਤੇ ਆਪਣਾ, ਚਲੋ ਠੀਕ ਆ, ਜਿੱਦਾਂ ਮਾਪਿਆਂ ਦਾ ਉਪਰਾਲਾ ਹੁੰਦਾ ਕਿ ਸਾਡੇ ਬੱਚੇ ਸਾਡੇ ਧਰਮ ਦੇ ਨਾਲ ਜੁੜ ਕੇ ਰੱਖਣ, ਤਾਂ ਉਹਨਾਂ ਨੇ ਕਾਫੀ ਵਧੀਆ ਜਿਹੜੇ ਉੱਥੇ, ਵੈਸੇ ਤਾਂ ਇਹਨਾਂ ਦਿਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਨੇ, ਕਿਉਂਕਿ ਬੱਚੇ ਨੂੰ ਇਹ ਜਿਰਾਉਣਾ, ਜਿੱਥੇ ਜਿੱਥੇ ਪੜ੍ਹਾਈ ਜ਼ਰੂਰੀ ਆ ਉੱਥੇ ਉੱਥੇ ਸਾਡੇ ਆਪਣੇ ਧਰਮ ਦਾ ਜਿਹੜਾ ਉਪਸਾਰਾ ਵੀ ਹੋਣਾ ਬਹੁਤ ਜ਼ਰੂਰੀ ਹੈ। ਬਾਕੀ ਮੈਂ ਹੁਣ ਤੁਹਾਨੂੰ ਲੈ ਕੇ ਚੱਲਦਾ ਦੂਸਰੇ ਪਾਸੇ,
ਜਿੱਥੇ ਇਹ ਕੁਛ ਆਪਣੇ ਬੱਚਿਆਂ ਨੂੰ ਸਾਡੇ ਵੀਰ ਲੈ ਕੇ ਆਏ ਹੋਏ ਨੇ ਇਹ ਇੱਥੇ ਦਿਖਾਲਣ ਦੇ ਲਈ ਸਿਖਾਲਣ ਦੇ। ਵੈਸੇ ਦੇਖਿਆ ਜਾਵੇ ਤਾਂ ਗੁਰਦੁਆਰਾ ਦੀ ਪ੍ਰਬੰਧਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਖਾਸ ਉਪਰਾਲੇ ਕੀਤੇ ਨੇ ਜਿਹੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਹੁੰਦੇ ਆ, ਮੇਰਾ ਨਾਮ ਏਕਮਜੀਤ ਕੌਰ ਆ ਅਤੇ ਕਹਿੰਦੇ ਹੁੰਦੇ ਆ ਮੈਂ ਉਰੇ ਇੱਕ ਸੇਵਾਦਾਰ ਕਹਿੰਦੇ ਕੈਂਪ ਵਾਸਤੇ ਅਤੇ ਮੈਂ ਹੈਲਪ ਕੀਤੀ ਸੀ ਕੈਂਪ ਨੂੰ ਕਹਿੰਦੇ ਔਰਗਨਾਈਜ਼ ਕਰਨ ਵਾਸਤੇ ਅਤੇ ਕਹਿੰਦੇ ਹੁੰਦੇ ਆ ਇਹ ਕੈਂਪ ਸਿੱਖੀ ਕੈਂਪ ਹੁੰਦੇ ਆ ਅਤੇ ਬਹੁਤ ਵਧੀਆ ਛੋਟੇ ਨਿਆਣੇ ਵਾਸਤੇ ਅਤੇ ਵੱਡੇ ਨਿਆਣੇ ਵਾਸਤੇ, ਕਿਉਂਕਿ ਇਹ ਛੁੱਟੀਆਂ 'ਚ ਉਹਨਾਂ ਨੂੰ ਸਿਖਾਉਂਦੇ ਹਾਂ ਸਿੱਖੀ ਧਰਮ ਬਾਰੇ ਅਤੇ ਹਿਸਟਰੀ ਬਾਰੇ ਅਤੇ ਕਿਉਂ ਇੰਨਾ ਜ਼ਰੂਰਤ ਆ ਸਾਨੂੰ ਇਹ ਚੀਜ਼ਾਂ ਯਾਦ ਰੱਖਣ ਵਾਸਤੇ ਅਤੇ ਨਿਆਣੇ ਨੂੰ ਸਿਖਾਉਣ ਨੂੰ। ਸੋ ਇਸ ਕੈਂਪ 'ਤੇ ਅਸੀਂ ਨਿਆਣਿਆਂ ਨੂੰ ਗੱਤਕਾ ਸਿਖਾਉਣਾ ਕੱਲ੍ਹ ਉਹਨਾਂ ਨੂੰ ਸਿੱਖੀ ਨਾਲ ਕਨੈਕਟ ਕਰਨ ਵਾਸਤੇ ਅਤੇ ਇੱਕ ਕਹਿੰਦੇ ਹੁੰਦੇ ਅਸੀਂ ਨਿਆਣਿਆਂ ਨੂੰ ਵਿਸਾਖੀ ਦੀ ਜ਼ਰੂਰਤ ਕੀ ਆ, ਵਿਸਾਖੀ ਬਾਰੇ ਪਤਾ ਹੋਣਾ ਚਾਹੀਦਾ, ਉਹਦਾ ਇੰਪੋਰਟੈਂਸ ਕੀ ਆ, ਅਤੇ ਉਸ ਅਸੀਂ ਨਿਆਣਿਆਂ ਨੂੰ ਇਹ ਵੀ ਸਿਖਾਉਂਦੇ ਹਾਂ ਜੇ ਕਿਵੇਂ ਖੁਸ਼ ਹੋਣਾ ਚਾਹੀਦਾ ਜਿਹੜੀ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਮਿਲੀਆਂ ਪਈਆਂ ਅਤੇ ਯਾਦ ਰੱਖਣੀ ਚਾਹੀਦੀ ਹੈ ਸਿੱਖ ਧਰਮ ਦੀ ਹਿਸਟਰੀ। ਅਤੇ ਫਿਰ ਕਹਿੰਦੇ ਗੁਰੂ ਘਰ ਇਹ ਸਾਰਾ ਕੁਝ ਬਹੁਤ ਵਧੀਆ ਔਰਗਨਾਈਜ਼ ਕਰਦਾ ਕਿਉਂਕਿ ਗੁਰੂ ਘਰ ਦੇ ਉਹਨੂੰ ਪਤਾ ਹੈ ਜੀ ਕਿੰਨਾ ਜ਼ਿਆਦਾ ਇੰਪੋਰਟੈਂਟ ਆ ਛੋਟੇ ਨਿਆਣਿਆਂ ਵਾਸਤੇ ਇਨਵੋਲਵਡ ਹੋਣ ਵਾਸਤੇ ਕਹਿੰਦੇ ਉਹਨਾਂ ਸੇਵਾ ਦੇ ਵਿੱਚ ਅਤੇ ਗੁਰੂ ਘਰ ਦੇ ਵਿੱਚ। ਸੋ ਇਸ ਕਰਕੇ ਗੁਰੂ ਘਰ ਬਹੁਤ ਸਾਰੇ ਕਲਾਸਿਸ ਕਰਦਾ ਹਨ, ਜਿਵੇਂ ਕਿ ਕਹਿੰਦੇ ਹੁੰਦੇ ਆ ਗੁਰੂ ਘਰ ਗੱਤਕਾ ਕਰਦੇ ਹਾਂ, ਪੰਜਾਬੀ ਸਕੂਲ ਕਰਦੇ ਹਾਂ, ਕੁੜੀਆਂ ਵਾਸਤੇ ਇੱਕ ਗਰੁੱਪ ਰੱਖਦੇ ਹਾਂ ਸੋ ਕੁੜੀਆਂ ਇਕੱਠੇ ਮਿਲ ਸਕਦੀਆਂ, ਇੱਕ ਦੂਜੇ ਨਾਲ ਗੱਲ ਕਰ ਸਕਦੀਆਂ। ਇੱਕ ਉਰੇ ਇੱਕ ਸਪੋਰਟ ਅਕੈਡਮੀ ਵੀ ਆ ਜਿੱਥੇ ਤੁਸੀਂ ਰੈਸਲਿੰਗ ਬੋਕਸਿੰਗ ਸਾਰਾ ਕੁਝ ਸਿੱਖ ਸਕਦੇ ਹੋ ਕਿਉਂਕਿ ਗੁਰੂ ਘਰ ਨੂੰ ਪਤਾ ਹੈ ਜੇ ਕਿੰਨਾ ਵਧੀਆ ਅਤੇ ਇੰਪੋਰਟੈਂਟ ਆ ਇਹ ਚੀਜ਼ ਨਿਆਣਿਆਂ ਨੂੰ ਰੱਖਣ ਵਾਸਤੇ, ਹੈ ਨਾ। ਅਤੇ ਕਹਿੰਦੇ ਗੁਰੂ ਘਰ ਇੰਨੀ ਵਧੀਆ ਕੰਮ ਕਰਦਾ ਇਹ ਸਾਰਾ ਕੁਝ ਕਰ, ਹਾਂ ਸਾਰਾ ਕੁਝ ਬਹੁਤ ਵਧੀਆ ਹੋਰ ਹੋ ਸਕਦਾ ਬਸ ਕਰਕੇ ਸੇਵਾ ਨੂੰ ਕਹਿੰਦੇ ਹੁੰਦੇ ਸੇਵਾਦਾਰਾਂ ਨੂੰ ਅਤੇ ਪਬਲਿਕ ਨੂੰ ਹੈਲਪ ਕਰਨੀ ਚਾਹੀਦੀ ਗੁਰੂ ਘਰ ਦੀ ਇਸ ਚੀਜ਼ਾਂ ਦੇ ਨਾਲ। ਅਤੇ ਕਹਿੰਦੇ ਹੁੰਦੇ ਗੁਰੂ ਘਰ ਇਹ ਵੀ ਸੋਚਦਾ ਹੈ ਜੇ ਕਹਿੰਦੇ ਹੁੰਦੇ ਨਿਆਣੇ ਕਿੰਨੇ ਵਧੀਆ ਕੰਮ ਕਰਦੇ ਅਤੇ ਅੱਜ ਸਿੱਖੀ ਅਤੇ ਸਿੱਖ ਨਿਆਣੇ ਨੂੰ ਅਸੀਂ ਹੋਰ ਦਿਖਾਉਣਾ ਚਾਹੀਦਾ ਨਿਊਜ਼ਾਂ 'ਤੇ, ਉਹਨਾਂ ਨੂੰ ਵੱਡੀਆਂ ਵੱਡੀਆਂ ਜਗ੍ਹਾ 'ਤੇ ਲੈ ਕੇ ਜਾਣਾ ਚਾਹੀਦਾ ਅਤੇ ਫਿਰ ਉਹ ਦੇਖ ਸਕਦਾ ਰੋਲ ਮਾਡਲਸ ਦੇਖ ਸਕਦੇ ਇੱਕ ਦੂਜੇ ਦੇ ਨਾਲ। ਜੇ ਕਹਿੰਦੇ ਹੁੰਦੇ ਆ ਗੁਰੂ ਘਰ ਇਹ ਵੀ ਇੱਕ ਬਹੁਤ ਵਧੀਆ ਕੰਮ ਕਰਦਾ ਹੈ, ਜੇ ਕਹਿੰਦੇ ਹੁੰਦੇ ਆ ਇਹ ਸਾਰਾ ਕੁਛ ਫਰੀ ਹੁੰਦਾ। ਸੋ ਇਹ ਜਿਹੜਾ ਕੈਂਪ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਇਹ ਨਿਆਣਿਆਂ ਵਾਸਤੇ ਫਰੀ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਐਪਲੀਕੇਸ਼ਨਸ ਪੜ੍ਹਾਈਆਂ ਸੀ ਸੋ ਤੁਸੀਂ ਜੁਆਇਨ ਕਰ ਸਕਦੇ ਹੋ ਪੰਜਾਬੀ ਸਕੂਲ। ਅਤੇ ਕਹਿੰਦੇ ਉਹਨੇ ਕਈ ਹੋਰ ਕਲਾਸਿਸ ਉਹ ਵੀ ਕਹਿੰਦੇ ਉਹਨੇ ਸਿਰਫ ਡੋਨੇਸ਼ਨ ਫੀ 'ਤੇ ਕੰਮ ਕਰਦੀਆਂ ਸੋ ਪਬਲਿਕ ਨੂੰ ਕੋਈ ਹੋਵੇ ਨਾ ਜੇ ਤੁਹਾਨੂੰ ਪੈਸੇ ਲੈਣ ਦੀ। ਅਤੇ ਕਹਿੰਦੇ ਉਹਨੇ ਗੁਰੂ ਘਰ ਇਹ ਵੀ ਇੱਕ ਬਹੁਤ ਵਧੀਆ ਕੰਮ ਕਰਦਾ ਹੈ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਉਹ ਸਿੱਖੀ ਧਰਮ ਨੂੰ ਨਾਲ ਰੱਖਦਾ ਨਿਆਣਿਆਂ ਨੂੰ ਤੂੰ ਜਿਵੇਂ ਇਸ ਉਰੇ ਅਸੀਂ DOV ਵੀ ਔਫਰ ਕਰਦੇ ਹਾਂ ਜਿਹੜੇ ਕਿ ਕਹਿੰਦੇ ਉਹਨਾਂ ਨਿਆਣਿਆਂ ਨੂੰ ਉੱਥੇ ਤੁਹਾਨੂੰ 6 ਮਹੀਨੇ ਆ ਅਤੇ ਸਕਿੱਲ ਫਿਜ਼ੀਕਲ ਅਤੇ ਕਹਿੰਦੇ ਹੁੰਦੇ ਆ ਇੱਕ ਵੋਲੰਟੀਅਰਿੰਗ ਕਰਨੀ ਪੈਂਦੀ ਅਤੇ ਫਿਰ ਤੁਹਾਨੂੰ ਇੱਕ ਅਵਾਰਡ ਮਿਲਦਾ ਤੁਸੀਂ ਕਿਤੇ ਜਾ ਸਕਦੇ ਹੋ ਅਤੇ ਉਹ ਬਹੁਤ ਵਧੀਆ ਲੱਗਦਾ ਜੋ ਤੁਸੀਂ ਸਕੂਲਾਂ 'ਤੇ ਜਾਂਦੇ ਹੋ ਅਤੇ ਕੰਮ ਕਰਦੇ ਹੋ ਕਿਉਂਕਿ ਉਹ ਦਿਖਾਉਂਦਾ ਜੇ ਤੁਸੀਂ ਚੀਜ਼ ਚੱਜ ਨਾਲ ਕਰ ਸਕਦੇ ਹੋ ਜੇ ਤੁਸੀਂ ਇੱਕ ਆਪਣੇ ਆਪ ਨੂੰ ਕਮਿਟ ਕਰ ਸਕਦੇ ਹੋ ਇੱਕ ਚੀਜ਼ ਨੂੰ। ਅਤੇ ਗੁਰੂ ਘਰ ਇਹ ਬਹੁਤ ਵਧੀਆ ਤਰੀਕੇ ਨਾਲ ਨਿਆਣਿਆਂ ਨੂੰ ਖੋਲ੍ਹਣਾ ਚਾਹੁੰਦਾ ਹੈ ਓਪਰਚੁਨਿਟੀਜ਼ ਵਾਸਤੇ, ਦਿਖਾਉਣਾ ਚਾਹੁੰਦਾ ਜੇ ਹਾਂ ਤੁਸੀਂ ਆਓ ਜੇ ਅਸੀਂ ਸਿੱਖ ਧਰਮ ਦੇ ਨਿਆਣਿਆਂ ਵਾਸਤੇ ਅਸੀਂ ਇੱਕ ਜਗ੍ਹਾ ਬਣਾਈ ਪਈ ਹੈ ਤੁਹਾਡਾ ਅਸੀਂ ਰੱਖੀ ਪਈ ਕਮਿਊਨਿਟੀ ਦੇ ਵਿੱਚ। ਅਤੇ ਕਹਿੰਦੇ ਉਹਨੇ ਉਸ ਕਾਰਨ ਲਾਈਕ ਗੁਰੂ ਘਰ ਟ੍ਰਿਪਾਂ 'ਤੇ ਵੀ ਲੈ ਕੇ ਗਿਆ ਪਿਆ, ਅਸੀਂ ਪਹਿਲਾਂ ਬੀਚਾਂ 'ਤੇ ਗਏ ਪਏ ਹਾਂ, ਅਸੀਂ ਇੱਕ ਵਾਰੀ ਪੈਰਿਸ ਵੀ ਗਏ ਸੀ ਕਹਿੰਦੇ ਉਹਨੇ ਇਕੱਠੇ ਘੁੰਮਣ ਵਾਸਤੇ ਨਿਆਣੇ ਨੂੰ ਨਾਲ ਲੈ ਕੇ ਜਾਣ ਵਾਸਤੇ। ਅਤੇ ਅਸੀਂ ਹੋਰ ਬਹੁਤ ਕੁਛ ਵੀ ਕਰਦੇ ਹਾਂ ਇਸ ਗੁਰੂ ਘਰ ਦੇ ਵਿੱਚ, ਜਿਸ ਤਰ੍ਹਾਂ ਵਾ ਮੈਂ ਇਸੀ ਕਾਰਨ ਕਹਿੰਦੇ ਉਹਨੇ ਗੁਰੂ ਘਰ ਦੇ ਵਿੱਚ ਇੰਨੀ ਸੇਵਾ ਕਰਨਾ ਚਾਹੁੰਦੀ ਹਾਂ।
ਅਤੇ ਕਹਿੰਦੇ ਹੁਣ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੀ ਹਾਂ ਜੇ ਹਾਂ ਆਪਣੇ ਗੁਰੂ ਨੂੰ, ਅਤੇ ਕਹਿੰਦੇ ਜੇ ਮੈਂ ਕਮਿਊਨਿਟੀ ਨੂੰ ਵਾਪਸ ਦੇਣਾ ਚਾਹੁੰਦੀ ਹਾਂ, ਅਤੇ ਉਹ ਸਾਰਾ ਕੁਛ। ਬਿਲਕੁਲ ਜੀ, ਦੇਖ ਸਕਦੇ ਹੋ ਤੁਸੀਂ ਇਹ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਖਾਸ ਉਪਰਾਲੇ ਕੀਤੇ ਗਏ ਨੇ ਇਹਨਾਂ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜ ਕੇ ਰੱਖਣ, ਕਿਉਂਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆ ਰਿਹਾ। ਅੱਜ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਵਿਸਾਖੀ ਕਿਉਂ ਮਨਾਈ ਜਾਂਦੀ ਆ, ਵਿਸਾਖੀ ਦੀ ਕੀ ਮਹੱਤਤਾ ਆ ਖਾਲਸਾ ਪੰਥ ਦੀ ਸਾਹਮਣਾ। ਇਹ ਜਿਹੜੇ ਉਪਰਾਲੇ ਖਾਸ ਕਰਕੇ ਸਿੱਖੀ ਕੈਂਪ ਲਾਏ ਜਾਂਦੇ ਨੇ, ਬੇਸਿਕ ਆਫ ਸਿੱਖੀ, ਬਹੁਤ ਵਧੀਆ, ਅਸੀਂ ਸ਼ਲਾਘਾ ਕਰਦੇ ਹਾਂ ਇਸ 'ਤੇ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਇਕੱਠੇ ਹੋ ਕੇ ਇੱਕ ਸੋਚਿਆ ਕਿ ਅੱਜ ਬੱਚੇ ਸਾਡੇ ਕਿਤੇ ਨਾ ਕਿਤੇ ਆਪਣੇ ਸਿੱਖੀ ਤੋਂ ਪਛੜਦੇ ਜਾ ਰਹੇ ਨੇ, ਦੂਰ ਹੁੰਦੇ ਜਾ ਰਹੇ ਨੇ, ਉਹਨਾਂ ਨੂੰ ਜੋੜ ਕੇ ਕਿਸ ਤਰ੍ਹਾਂ ਰੱਖਣਾ। ਅਤੇ ਸਾਡੇ ਨਾਲ ਸਿੰਘ ਸਾਹਿਬ ਭਾਈ ਬਵੀ ਸਿੰਘ ਜੀ, ਇਹਨਾਂ ਨਾਲ ਤੋਂ ਆਪਾਂ ਸਵਾਗਤ ਕਰਦੇ ਹਾਂ, ਅਤੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ ਕਿ ਅੱਜ ਇਹੋ ਜਿਹੇ ਉਪਰਾਲੇ ਕਰਨੇ ਕਿੰਨੇ ਕੁ ਜ਼ਰੂਰੀ ਨੇ, ਕਿੰਨੀ ਇਹਨਾਂ ਦੀ ਮਹੱਤਤਾ ਆ ਕਿ ਸਾਡੇ ਬੱਚੇ ਅੱਜ ਕਿੱਧਰਲੇ ਪਾਸੇ ਨੂੰ ਜਾ ਰਹੇ ਨੇ, ਕਿੱਧਰ ਨੂੰ ਕਿੱਧਰਲੇ ਪਾਸਿਓਂ ਮੋੜ ਕੇ ਆਪਾਂ ਆਪਣੇ ਸਿੱਖੀ ਵਾਲੇ ਪਾਸੇ ਨੂੰ ਲੈ ਕੇ ਆਉਣਾ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਆਪਣੇ ਇਹ ਗੁਰੂ ਘਰ ਦੇ ਵਿੱਚ, ਮੈਂ ਹਿਸਟਰੀ ਦੱਸਾਂ, ਗੁਰੂ ਘਰ ਦੇ ਵਿੱਚ ਮੈਂ ਆਪ ਕੈਂਪਾਂ ਦੇ ਵਿੱਚ ਹਿੱਸਾ ਲਿਆ, ਮੇਰੀ 42 ਉਮਰ ਹੋ ਗਈ ਆ, 40 ਸਾਲ ਦੇ ਉੱਪਰ ਆ। ਸੋ ਤੁਸੀਂ ਸੋਚ ਸਕਦੇ ਕਿੰਨੇ ਚੈਲ ਪਹਿਲਾਂ ਦੇ ਇਸ ਗੁਰੂ ਘਰ ਦੇ ਵਿੱਚ ਕੈਂਪਾਂ ਲੱਗਦੀਆਂ ਹੋਈਆਂ, ਅਤੇ ਕਈ ਇੱਥੇ ਜਿਹੜੇ ਬੱਚੇ ਸੇਵਾਦਾਰ ਵੀ ਆ। ਸੋ ਇੱਕ ਉਪਰਾਲਾ ਅਸੀਂ ਸ਼ੁਰੂ ਕੀਤਾ ਸੀਗਾ, ਸਾਨੂੰ ਆਪ ਹੋ ਗਏ ਮੇਰੇ ਖਿਆਲ 20 ਸਾਲ ਦੇ ਉੱਪਰ ਹੋ ਗਏ ਇੱਥੇ ਕੈਂਪਾਂ ਲਾਉਂਦੇ, ਅਤੇ ਜਿਹੜੇ ਇੱਥੇ ਬੱਚੇ ਹੁਣ ਸੇਵਾ ਵੀ ਕਰਦੇ ਆ, ਇਹ ਵੀ ਬੱਚੇ ਉਹ ਆ ਜਿਹੜੇ ਪਹਿਲਾਂ ਕੈਂਪਾਂ ਦੇ ਵਿੱਚ ਆਉਂਦੇ ਹੁੰਦੇ ਸੀਗੇ, ਅਤੇ ਹੁਣ ਸਿੱਖੀ ਵੱਲ ਆਏ ਆ, ਅਤੇ ਉਹਨਾਂ ਦੇ ਮਨ ਸੇਵਾ ਭਾਵਨਾ ਵੱਲ ਆਇਆ, ਅਤੇ ਸੇਵਾ ਵੀ ਇੱਥੇ ਆ ਕੇ ਕਰਦੇ ਆ। ਸੋ ਹਰੇਕ ਗੁਰੂ ਘਰ ਨੂੰ ਇਹ ਫਰਜ਼ ਹੁੰਦਾ ਆ ਕਿ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ, ਆਉਣ ਵਾਲੇ ਨੌਜਵਾਨ ਆ, ਅਸੀਂ ਗੁਰੂ ਘਰ ਨਾਲ ਸਿੱਖੀ ਨਾਲ ਕਿੱਦਾਂ ਜੋੜੀਏ। ਚਲੋ ਸਹੀ, ਸਾਡੇ ਮਨ ਹੁੰਦਾ ਗੁਰੂ ਨਾਲ ਜੋੜੀਏ, ਪਰ ਜੇ ਗੁਰੂ ਘਰ ਨਾਲ ਜੋੜਨਾ ਆ, ਫਿਰ ਸੇਵਾ ਸਿਮਰਨ ਅਤੇ ਗੁਰੂ ਨਾਲ ਜੁੜੂਗੇ। ਅਤੇ ਜਿੱਥੇ ਵੀ ਆ, ਜਿੰਨੇ ਵੀ ਗੁਰੂ ਘਰ ਆ ਇੰਗਲੈਂਡ ਦੇ ਵਿੱਚ, ਉਹਨਾਂ ਨੂੰ ਇੱਕ ਹੋਣਾ ਚਾਹੀਦਾ ਮਨ ਦੇ ਵਿੱਚ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿੱਦਾਂ ਜੋੜੀਏ। ਕਿ ਸਿੰਪਲ ਕੈਂਪ ਪੰਜਾਬੀ ਸਕੂਲ ਅਸੀਂ ਬਹੁਤ ਲਾਉਂਦੇ ਹਾਂ, ਕਿਉਂਕਿ ਸਾਰੇ ਗੁਰੂ ਘਰ, ਇਸ ਗੁਰੂ ਘਰ ਦੇ ਬਹੁਤ ਵੱਡਾ ਉਪਰਾਲਾ ਆਪਣੀ ਕਮੇਟੀ ਨੂੰ ਕਈ ਸਾਲਾਂ ਤੋਂ ਕੀਤਾ ਆ, 650 ਬੱਚਾ ਇੱਥੇ ਪੜ੍ਹਦਾ। ਅਤੇ ਉਹਦੇ ਵਿੱਚ ਅਸੀਂ ਕਲਿਕਨਮ ਬਣਾਇਆ ਜਿਹਦੇ ਵਿੱਚ ਸਿੱਖੀ ਵੀ, ਸਿੱਖੀ ਦਾ ਪ੍ਰਚਾਰ ਵੀ ਹੁੰਦਾ ਆ, ਇਕੱਲਾ ਪੰਜਾਬੀ ਨਹੀਂ, ਗੁਰਮੁਖੀ ਨਹੀਂ ਇਕੱਲੇ ਸਿੱਖਦੇ, ਕਿ ਸਿੱਖੀ ਵੱਲ, ਸਾਡੇ ਗੁਰੂ ਸਾਹਿਬਾਂ ਵੱਲ ਸੇਵਾ, ਹੋਰ ਵੀ ਕਈ ਉਪਰਾਲੇ ਹੁੰਦੇ ਆ ਗੁਰੂ ਘਰ ਦੇ ਵਿੱਚ। ਸੋ ਜਿਹੜੀ ਛੁੱਟੀਆਂ ਦਾ ਖਾਸ, ਉਹਦੇ ਛੁੱਟੀਆਂ ਦਾ ਮਾਹੌਲ ਹੁੰਦਾ ਆ ਕਿ ਬੱਚੇ ਬਿਲਕੁਲ ਫਰੀ ਹੁੰਦੇ ਆ, ਅਤੇ ਕਈ ਸਾਡੇ ਸੇਵਾਦਾਰ ਵੀ ਟੀਚਰ ਆ ਜਾਂ ਐਜੂਕੇਸ਼ਨ ਫੀਲਡ ਦੇ ਵਿੱਚ ਕੰਮ ਕਰਦੇ ਆ, ਅਤੇ ਅਸੀਂ ਇਕੱਠੇ ਹੋ ਕੇ ਇੱਕ ਛੋਟਾ ਜਿਹਾ ਉਪਰਾਲਾ ਇੱਕ ਕੋਸ਼ਿਸ਼ ਕਰਦੀ ਆ ਆਪਣੇ ਵੱਡੇ ਛੁੱਟੀਆਂ, ਅਗਸਤ ਵਿੱਚ ਵੀ, ਅਪ੍ਰੈਲ ਦੇ ਵਿੱਚ ਵੀ, ਕਈ ਵਾਰੀ ਅਸੀਂ ਅਕਤੂਬਰ ਦੀ ਛੁੱਟੀ ਆ ਫਿਰ ਸਾਹਿਬਜ਼ਾਦੇ, ਜਾਂ ਡਿਸੰਬਰ ਦੇ ਵਿੱਚ ਕੋਈ ਥੀਮ ਰੱਖ ਲੈਂਦੇ ਹਾਂ, ਜੋ ਵੀ, ਜਿੱਦਾਂ ਹੁਣ ਤੁਸੀਂ ਆਪਣੇ ਗੱਲ ਕੀਤੀ ਹੈ ਵਿਸਾਖੀ ਦੀ, ਬਹੁਤ ਵੱਡਾ ਪੁਰਬ ਆ ਰਿਹਾ ਸਿੱਖੀ ਦਾ, ਚਲ ਵਿਸਾਖੀ ਆ, ਜੇ ਅਸੀਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਿੱਖੀ ਨਾਲ ਜੋੜਨਾ ਹੈ, ਇਹ ਪੁਰਬਾਂ ਬਾਰੇ ਦੱਸਣਾ ਪੈਣਾ ਕਿ ਅਸੀਂ ਵਿਸਾਖੀ ਕਿਉਂ ਮਨਾਉਂਦੇ ਹਾਂ। ਅਤੇ ਉਹ ਵਿਸਾਖੀ ਦੇ ਵਿੱਚ ਖਾਸ ਤੌਰ 'ਤੇ ਅੰਮ੍ਰਿਤ ਸੰਚਾਰ ਕੇ ਸਰਕਣੇ ਮਰਿਆਦਾ ਵਿੱਚ ਆਉਣਾ, ਕਿ ਇੱਕ ਸਿੱਖਾਂ ਦੀ ਆਈਡੈਂਟੀਟੀ ਕੀ ਆ, ਕਿਉਂਕਿ ਉਹ ਵਿਸਾਖੀ ਦਾ ਇਹ ਇੱਕ ਮੇਨ ਮੈਸੇਜ ਆ ਕਿ ਅਸੀਂ ਆਪਣੀ ਆਈਡੈਂਟੀਟੀ ਜਿਹੜੇ ਆ, ਕੇਸ ਦਸਤਾਰ, ਅਸੀਂ ਇਹ ਆਪਣੇ ਜ਼ਿੰਦਗੀ ਵਿੱਚ ਰੱਖਣੇ ਆ, ਤਾਂ ਹੀ ਲੋਕਾਂ ਨੂੰ ਪਤਾ ਲੱਗੂ ਕਿ ਸਿੱਖ ਕੌਣ ਆ, ਕਿੱਥੋਂ ਆਏ ਆ। ਅਤੇ ਪਹਿਲਾਂ ਹੀ ਕਿ ਇੱਕ ਸਿੱਖ ਕਿਤੇ ਲੁੱਕ ਨਹੀਂ ਸਕਦਾ, ਗੁਰੂ ਮਹਾਰਾਜ ਨੇ ਇਹ ਦਿੱਲੀ ਦੀ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਹੋਈ ਸੀ, ਉੱਥੋਂ ਇਹ ਮਹਾਰਾਜ ਨੇ ਉਦੋਂ ਇਹ ਵਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਜਿਹੜਾ ਖਾਲਸਾ ਸਿੱਖ ਪੰਥ ਕਦੇ ਲੁੱਕ ਨਹੀਂ ਸਕਦਾ, ਉਹ ਇੱਕ ਹਜ਼ਾਰਾਂ ਦੇ ਕਰਾਊਡ ਦੇ ਵਿੱਚ, ਹਜ਼ਾਰਾਂ ਦੀ ਸੰਗਤ ਦੇ ਵਿੱਚ ਇੱਕ ਸਿੱਖ ਨਜ਼ਰ ਆ ਜੂਗਾ, ਉਹਦੀ ਦਸਤਾਰ ਤੋਂ, ਉਹਦੇ ਸ਼ਾਸਤਰ ਤੋਂ, ਉਹਦੇ ਬਾਣੇ ਤੋਂ, ਹੈ ਨਾ। ਸੋ ਉਹਦੇ ਕਰਕੇ ਸਾਨੂੰ ਇਹ ਪ੍ਰਚਾਰ, ਹੈ ਨਾ,
ਆਪਣੇ ਬਾਣੇ ਦਾ, ਆਪਣੀ ਸਿੱਖੀ ਦਾ ਅੰਮ੍ਰਿਤ ਆ। ਇਸ ਖਾਸ ਤੌਰ 'ਤੇ ਇਸ ਮਹੀਨੇ ਤਾਂ ਜ਼ਰੂਰ ਕਰਨਾ ਚਾਹੀਦਾ, ਹਰੇਕ ਮਹੀਨੇ ਕਰਨਾ, ਹਰੇਕ ਸਾਲ ਕਰਨਾ ਚਾਹੀਦਾ, ਹਰੇਕ ਦਿਨ ਕਰਨਾ ਚਾਹੀਦਾ, ਪਰ ਵਿਸਾਖੀ ਨੂੰ ਜ਼ਰੂਰ ਅਸੀਂ ਜਿੰਨੇ ਉਪਰਾਲੇ ਸਿੱਖੀ ਵਾਰ ਮਰਿਆਦਾ ਵਾਰ ਗੁਰੂ ਦੇ ਚਰਨਾਂ ਨਾਲ ਜੋੜਨ ਦਾ ਹੋ ਸਕਦਾ ਉਹ ਵੀ ਥੋੜ੍ਹੇ ਆ, ਚਲੋ ਇੱਕ ਛੋਟਾ ਉਪਰਾਲਾ ਅਸੀਂ ਇੱਥੇ ਕੋਸ਼ਿਸ਼ ਕਰਦੇ ਹਾਂ। ਇਸ ਜਦੋਂ ਤੁਸੀਂ ਇਹ ਕਰਦੇ ਹੋ ਉਪਰਾਲੇ, ਇਹਦੇ ਵਿੱਚ ਕੀ ਬੱਚਿਆਂ ਨੂੰ ਦੱਸਦੇ ਆ ਤੁਸੀਂ? ਸੋ ਖਾਸ ਤੌਰ 'ਤੇ ਇਸ ਜਿਹੜੀ ਆਹ ਕੈਂਪ ਦੀ ਥੀਮ ਆ ਹੈਗੀ ਵਿਸਾਖੀ, ਸੋ ਇੱਕ ਅਸੀਂ ਖਾਸੀਅਤ ਦੇਖੀ ਕਿਉਂਕਿ ਵਿਸਾਖੀ ਦੀ ਸਾਖੀ ਤਾਂ ਸਾਰੇ ਦੱਸਦੇ ਆ, ਇੱਥੇ ਅਸੀਂ ਦੱਸਿਆ, ਇੱਥੇ ਅਸੀਂ ਇੱਕ ਕਲਾਸ ਲਾਈ ਆ ਕਿ ਜਿਹੜੇ ਪੰਜ ਪਿਆਰੇ ਆ ਉਹ ਇੱਕ ਸਿੱਖਿਆ ਆ, ਉਹਨਾਂ ਦੇ ਨਾਮ ਵੀ ਇੱਕ ਸਿੱਖਿਆ ਆ, ਦਇਆ, ਹਿੰਮਤ, ਮੋਹਕਮ, ਸਾਹਿਬ, ਹਨਾ, ਉਹ ਸਾਰੇ ਦਾ ਇੱਕ ਮਤਲਬ ਆ ਅਤੇ ਆਪਣੀ ਜ਼ਿੰਦਗੀ ਵਿੱਚ ਉਹ ਕਿੱਦਾਂ ਦਇਆ ਕਿੱਦਾਂ ਲੈ ਕੇ ਆਉਣੀ ਆ, ਹਨਾ, ਹਿੰਮਤ ਕਿੱਦਾਂ ਲੈ ਕੇ ਆਉਣੀ ਆ, ਮੋਹਕਮ ਕਿੱਦਾਂ ਲੈ ਕੇ, ਇਹ ਸਾਰੇ ਇੱਕ ਕਲਾਸ ਵਿੱਚ ਸਿੱਖਿਆ ਦਿੰਦੇ ਆ। ਉਹਦੇ ਵਿੱਚ ਇੱਕ ਆਪਣੇ ਆਪ ਨੂੰ ਕੌਨਫੀਡੈਂਸ ਬਣਾਉਣ ਵਾਸਤੇ, ਹਨਾ, ਵੈਲ ਬੀਇੰਗ, ਅੱਜ ਮੈਂਟਲ ਹੈਲਥ ਦੀ ਬਹੁਤ 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 ਲੋੜ ਆ, ਹਨਾ, ਉਹਦੇ ਵਿੱਚ ਇੱਕ ਵਰਕਸ਼ਾਪ ਆ, ਇੱਕ ਆ ਫਿਜ਼ੀਕਲ ਜਿੱਦਾਂ ਕਹਿ ਸਕਦੇ ਫਨ ਆ ਬੱਚਿਆਂ ਵਾਸਤੇ, ਇਕੱਲਾ ਸਾਰਾ ਕੁਛ ਸਾਰਾ ਸੀਰੀਅਸ ਨਹੀਂ ਹੋਣਾ ਪੈਂਦਾ ਕਿਉਂਕਿ ਬੱਚੇ ਚਾਹੁੰਦੇ ਹੁੰਦੇ ਛੁੱਟੀਆਂ 'ਚ ਥੋੜ੍ਹਾ ਫਨ ਕਰੀਏ, ਇਹ ਤੁਹਾਡੇ ਪਿੱਛੇ ਤੁਸੀਂ ਦੱਸਦੇ ਆ ਬੱਚੇ ਫਨ ਵੀ ਕਰਦੇ, ਗੁਰੂ ਘਰ ਦੇ ਵਿੱਚ ਫਨ ਵੀ ਹੋ ਸਕਦਾ, ਅਤੇ ਹੋਰ ਵੀ ਇੱਕ ਗੱਤਕੇ ਕਰਨ ਨੂੰ ਇੱਕ ਗੱਤਕੇ ਦਾ ਕਲਾਸ ਵੀ ਲੱਗਣਾ ਆ, ਅਤੇ ਆਰਟਸ ਕਰਾਫਟਸ ਵੀ ਆ ਕਿ ਐਕਸਪ੍ਰੈਸ਼ਨ ਹੁੰਦਾ ਕਿ ਅਸੀਂ ਪਿਕਚਰਾਂ ਦੇ ਵਿੱਚ ਗੁਰੂ ਸਾਹਿਬ ਦੇਖਦੇ ਹਾਂ, ਅਸੀਂ ਆਪ ਵੀ ਆਪਣੇ ਕਹਿੰਦੇ ਸ਼ਰਧਾ, ਆਪਣੇ ਜਿਹੜੀ ਆਰਟਸ ਹੁੰਦੀਆਂ ਨਾ ਉਹ ਇੱਕ ਆਪਣੇ ਸ਼ਰਧਾ ਭਾਵਨਾ ਵੀ ਇੱਕ ਪੇਪਰ 'ਤੇ ਅਸੀਂ ਛਾਪ ਸਕਦੇ ਹਾਂ ਕਿ ਗੁਰੂ ਸਾਹਿਬ ਜਾਂ ਸਿੱਖੀ ਵਾਲਾ ਸਾਡੇ ਮਨ ਵਿੱਚ ਕੀ ਆ, ਅਸੀਂ ਉਹ ਛਾਪ ਕੇ ਅਸੀਂ ਦਿਖਾ ਸਕਦੇ, ਇੱਕ ਆਰਟਸ ਵੀ ਕਲਾਸ ਆ ਅਤੇ ਸੇਵਾ ਦੀ ਵੀ ਆ, ਸੇਵਾ ਵੱਲ ਜੋੜਨਾ। ਸੋ ਕਾਫੀ ਉਪਰਾਲੇ ਹੁੰਦੇ ਆ, ਦੋ ਦਿਨ ਦੇ ਕੈਂਪ ਆ, ਸੋ ਜਿੰਨੇ ਅਸੀਂ ਸੋਚਦੇ ਹਾਂ ਅਸੀਂ ਕੋਸ਼ਿਸ਼ ਕੀਤਾ ਜਿੰਨਾ ਵੀ ਹੋ ਸਕੇ ਦੋ ਦਿਨ ਅਸੀਂ ਕਰੀਏ। ਅਤੇ ਕਿੰਨੇ ਕੁ ਬੱਚੇ ਆਏ ਹੋਏ ਨੇ ਭਾਈ? ਅੱਜ 150 ਬੱਚਾ ਆਇਆ ਆ, ਪਰ ਕਿਉਂਕਿ ਕਈ ਬੱਚਿਆਂ ਨੂੰ ਕਈ ਵਾਰੀ ਨਹੀਂ ਬਤਾਉਂਦਾ, ਹੁਣ ਇਹਨਾਂ ਨੇ ਜਾ ਕੇ ਆਪਣੇ ਫਰੈਂਡਾਂ ਨੂੰ ਜਾ ਕੇ ਦੱਸ, ਕੱਲ੍ਹ ਨੂੰ ਤੱਕ ਸ਼ਾਇਦ 200 ਵੀ ਹੋ ਸਕਦਾ, ਪਰ ਇਹ ਹੁੰਦਾ ਕਿ ਪਹਿਲੇ ਦਿਨ ਥੋੜ੍ਹੇ ਹੁੰਦੇ ਆ ਅਤੇ ਉਦੋਂ ਕਈ ਜਿਹੜੀ ਸੰਗਤ ਆਉਂਦੀ ਵੀ ਆ ਲੰਗਰ ਛਕਣ ਲਈ ਆਪਣੇ ਬੱਚੇ, ਉਹ ਪਤਾ ਲੱਗ ਕੈਂਪ ਲੈ ਕੱਲ੍ਹ ਨੂੰ ਆ ਕੇ ਕਾਫੀ ਹੋਰ ਖੜ੍ਹੇ ਹੋ ਜਾਣੇ, ਅਸੀਂ ਵੀ ਰਜਿਸਟਰ ਕਰਨਾ। ਥੋੜ੍ਹੇ ਜਿਹੇ ਦੱਸ ਕਿੰਨੇ ਦਿਨ ਹੋਰ ਚੱਲਣਾ ਕੈਂਪ? ਇਹ 2 ਦਿਨ ਸੀ, ਅਸੀਂ ਬੁੱਧਵਾਰ ਅਤੇ ਵੀਰਵਾਰ ਰੱਖਿਆ ਸੀਗਾ, ਸੋ ਕੱਲ੍ਹ ਨੂੰ ਵੀ ਆ, ਹੈ ਨਾ, ਸੋ ਕੱਲ੍ਹ ਦਾ ਦਿਨ ਵੀ ਆ, 10 ਤੋਂ 3 ਵਜੇ ਤੱਕ ਇਹ ਕੈਂਪ ਚੱਲਦੀ ਆ ਰੋਜ਼। ਬਿਲਕੁਲ ਜੀ, ਅਸੀਂ ਅੱਜ ਟੀ ਵੀ 'ਤੇ ਵੀ ਇਹ ਦੱਸਾਂਗੇ ਸਾਰਿਆਂ ਦਰਸ਼ਕਾਂ ਨੂੰ, ਤਾਂ ਕਿ ਇਹ ਜਿਹੜੇ ਆਉਣ ਕੱਲ੍ਹ ਦੇ, ਜਾਣੀ ਕਿ ਕੱਲ੍ਹ ਦਾ ਦਿਨ ਆ, ਅਤੇ ਜਾਂ ਆਪਣੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਜਿਹੜੇ ਉਹ ਲੈ ਕੇ ਆਉਣ, ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਇਸ ਖਾਸ ਪਵਿੱਤਰ ਦਿਹਾੜੇ ਬਾਰੇ ਦੱਸ ਸਕੀਏ, ਕਿਉਂਕਿ ਖਾਲਸਾ ਪੰਥ ਦੀ ਸਾਜਨਾ, ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਸਾਜਿਆ, ਉਹ ਕਿਉਂ ਸਾਜਿਆ, ਕਿਉਂ ਉਹਦੀ ਲੋੜ ਪਈ, ਅਤੇ ਸਾਡੀ ਜਿਹੜੇ ਵੱਖਰੇ ਸਾਡੇ ਚਿਹਰੇ ਨੇ, ਵੱਖਰੇ ਸਾਡੇ ਰੂਪ ਨੇ, ਇਹਨਾਂ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਗੱਲ ਕੀਤੀ ਨਾ ਕਿ ਲੱਖਾਂ ਦੇ ਵਿੱਚ ਖਾਲਸਾ ਖੜ੍ਹਾ, ਇੱਕ ਇੱਕ ਦੀਦਾ ਉਹ ਵੱਖਰਾ ਦੀਦਾ, ਅਤੇ ਸਾਡੀ ਵੱਖਰੀ ਪਛਾਣ ਕਿਉਂ ਆ, ਅੱਜ ਸਾਡੇ ਬੱਚਿਆਂ ਨੂੰ ਦੱਸਣਾ ਪਵੇਗਾ। ਆਪਾਂ ਭਾਵੇਂ ਅਸੀਂ ਪੰਜਾਬ ਦੀ ਧਰਤੀ ਤੋਂ ਦੂਰ ਹੋ ਚੁੱਕੇ ਹਾਂ, ਬਾਹਰ ਆ ਚੁੱਕੇ ਹਾਂ, ਪਰ ਪੰਜਾਬ ਦੇ ਨਾਲ ਜੁੜ ਕੇ ਰਹਿਣਾ, ਆਪਣੇ ਧਰਮ ਦੇ ਨਾਲ ਜੁੜ ਕੇ ਰਹਿਣਾ, ਇਹ ਜਿੱਦਾਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉਪਰਾਲੇ ਕੀਤੇ, ਇਹ ਹਰ ਗੁਰੂ ਘਰ ਦੇ ਵਿੱਚ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ, ਤਾਂ ਜੋ ਅਸੀਂ ਸਾਡੇ ਜਿਹੜੇ ਬੱਚੇ ਠੀਕ ਆ, ਜਿੱਥੇ ਤਰੱਕੀਆਂ ਕਰਦੇ ਨੇ ਉੱਥੇ ਵੱਡੀਆਂ ਸੀਟਾਂ ਦੇ ਉੱਤੇ, ਕੁਰਸੀਆਂ ਉੱਤੇ ਬਹਿੰਦੇ ਨੇ, ਪਰ ਉਹਨਾਂ ਸੀਟਾਂ ਦੇ ਉੱਤੇ ਬਹਿਣ 'ਤੇ ਗੁਰੂ ਮਹਾਰਾਜ ਵਿੱਚ ਸਾਡੇ ਇਤਿਹਾਸ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ, ਇਹ ਖਾਸ ਕਰਕੇ ਇਹ ਸਾਡੇ ਜਿਹੜੀਆਂ ਸਾਡੇ ਫਰਜ਼ ਬਣਦੇ ਨੇ, ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਕਿੱਦਾਂ ਜੋੜ ਕੇ ਰੱਖਣਾ। ਸਾਡੇ ਨਾਲ ਹੋਰ ਵੀ ਇੱਕ ਛੋਟੀ ਬੱਚੀ ਆ, ਇਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕੀ ਕਹਿਣਾ ਚਾਹੁੰਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਇਸ ਕੈਂਪ ਬਾਰੇ? ਮੈਂ ਦੱਸਣਾ ਚਾਹੁੰਦੀ ਹਾਂ ਵੀ ਇਹ ਕੈਂਪ ਬਹੁਤ ਵਧੀਆ ਆ, ਲਾਈਕ ਜਿਹੜੇ ਇਹਨਾਂ ਦੇ ਲਾਈਕ ਸਟਾਫ ਮੈਂਬਰ ਆ ਅਤੇ ਜਿਹੜੇ ਲੀਡਰ ਆ ਗਰੁੱਪਾਂ ਦੇ, ਉਹ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਅਤੇ ਸਾਰੇ ਬਹੁਤ ਨਾਈਸ ਆ, ਅਤੇ ਹਾਂਜੀ, ਅਤੇ ਵਿਸਾਖੀ ਆ ਰਹੀ ਆ, ਵਿਸਾਖੀ ਬਾਰੇ ਕੀ ਕਹਿਣਾ?
ਵਿਸਾਖੀ ਮੈਂ ਕਹਿਣਾ ਚਾਹੁੰਦੀ ਹਾਂ ਵੀ ਇੱਥੇ ਜਦੋਂ ਵਿਸਾਖੀ ਮਨਾਉਂਦੇ ਹੁੰਦੇ ਆ ਲਾਈਕ ਐਤਵਾਰ ਨੂੰ ਮਨਾਉਂਦੇ ਹੁੰਦੇ ਜ਼ਿਆਦਾ ਅਤੇ ਉਹ ਬਹੁਤ ਵਧੀਆ ਮਨਾਉਂਦੇ ਆ ਮਿਲਾਦਾ ਬ੍ਰੈਡ ਪਕੌੜਿਆਂ ਦੀ ਬ੍ਰੈਡ ਪਕੌੜਿਆਂ ਦਾ ਲੰਗਰ ਹੁੰਦਾ ਆ ਫਿਰ ਬਾਹਰ ਮਿਲਾਦਾ ਗੱਤਕਾ ਖੇਡਦੇ ਹੁੰਦੇ ਆ ਬਾਹਰ ਸਟੋਲ ਲੱਗੇ ਹੁੰਦੇ ਅਤੇ ਇੱਦਾਂ ਅਤੇ ਫਿਰ ਇੱਥੇ ਗੁਰਦੁਆਰੇ ਕੀਰਤਨ ਵੀ ਇੱਦਾਂ ਬਹੁਤ ਸੋਹਣਾ ਕਰਦੇ ਆ ਅਤੇ ਉੱਦਾਂ ਬਹੁਤ ਵਧੀਆ ਹੁੰਦਾ ਇੱਥੇ ਜੋ ਵਿਸਾਖੀ ਮਨਾਉਂਦੇ ਹਾਂਜੀ ਇਹ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਿਉਂਕਿ ਬੱਚੀ ਦੱਸਦੀ ਹੈ ਕਿਉਂਕਿ ਅੱਜ ਵਿਸਾਖੀ ਦੇ ਆਪਾਂ ਇਕੱਲਾ ਜਿਹੜਾ ਉਹ ਲੰਗਰ ਛਕਣ ਨਹੀਂ ਆਉਣਾ ਅਤੇ ਦੇਖ ਕੇ ਇਹ ਨਹੀਂ ਦੇਖਣਾ ਕਿ ਅੱਜ ਜਿਹੜਾ ਸਾਡੀ ਦਾ ਵਿਸਾਖੀ ਦਾ ਮੇਨ ਮਕਸਦ ਆ ਅੱਜ ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਆ ਲੰਗਰ ਤਾਂ ਸਾਰਾ ਸਾਲ ਹੀ ਆਪਾਂ ਖਾਂਦੇ ਰਹਿੰਦੇ ਪਰ ਸਾਲ ਦੇ ਵਿੱਚ ਇੱਕ ਵਾਰੀ ਜਿਹੜਾ ਉਹ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਂਦਾ ਆ ਕਿ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜੇ ਨਾ ਅਤੇ ਅੱਜ ਉਹਨਾਂ ਪੰਜਾਂ ਪਿਆਰਿਆਂ ਬਾਰੇ ਗੁਰੂ ਮਹਾਰਾਜ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਬਾਰੇ ਮਾਤਾ ਗੁਜਰ ਕੌਰ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਅਤੇ ਖਾਸ ਕਰਕੇ ਆਪਾਂ ਉਹਨਾਂ ਯੋਧਿਆਂ ਸੂਰਵੀਰਾਂ ਮਹਾਂਵੀਰਾਂ ਦੀ ਗੱਲ ਕਰੀਏ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਥਾਪੜਾ ਲੈ ਕੇ ਅਤੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਉਹ ਤੁਹਾਡੇ ਸਾਹਮਣੇ ਵਾਰੇ ਨਿਆਰੇ ਬਾਬਾ ਬੰਦਾ ਬਹਾਦਰ ਜੀ ਦੀ ਆਪਾਂ ਗੱਲ ਕਰ ਲਈਏ ਭਾਈ ਬਚਿੱਤਰ ਸਿੰਘ ਦੀ ਆਪਾਂ ਗੱਲ ਕਰ ਲਈਏ ਅਤੇ ਅੱਜ ਉਹਨਾਂ ਦਾ ਆਸ਼ੀਰਵਾਦ ਲੈ ਕੇ ਜੋ ਪੰਜਾਬ ਦੇ ਵਿੱਚ ਮੱਲਾਂ ਮਾਰੀਆਂ ਅਤੇ ਪੰਜਾਬ ਦੇ ਵਿੱਚ ਅੱਜ ਉਹਨਾਂ ਸੂਰਵੀਰ ਯੋਧਿਆਂ ਨੂੰ ਜਿਹੜਾ ਉਹ ਯਾਦ ਕੀਤਾ ਜਾਂਦਾ ਕਿ ਅੱਜ ਉਹਨਾਂ ਦੀਆਂ ਵਾਰਾਂ ਸੁਣਾਈਆਂ ਜਾਂਦੀਆਂ ਨੇ ਅੱਜ ਉਹਨਾਂ ਦੇ ਇਤਿਹਾਸ ਬਾਰੇ ਦੱਸਿਆ ਜਾਂਦਾ ਕਿਉਂਕਿ ਅੱਜ ਉਹ ਸੂਰਵੀਰ ਜੋਹਰੇ ਜਿਨ੍ਹਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀਆਂ ਅਤੇ ਪੰਜਾਬ ਦੇ ਇਤਿਹਾਸ ਰਚਦਿਆ ਗਿਆ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਸੂਰਵੀਰ ਯੋਧੇ ਵੀਰ ਪੈਦਾ ਹੋਏ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸਿੰਘ ਸਜੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਅੱਜ ਉਹਨਾਂ ਨੌਜਵਾਨਾਂ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਸੂਰਵੀਰ ਯੋਧਿਆਂ ਦੀ ਯਾਦ ਅੱਜ ਇਹ ਸਾਡੇ ਇਹ ਜਿਹੜੇ ਛੋਟੇ ਛੋਟੇ ਬੱਚੇ ਨੇ ਇਹ ਉਹਨਾਂ ਵਿੱਚ ਸੂਰਵੀਰ ਯੋਧਿਆਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਵਿੱਚੋਂ ਵੀ ਇੱਕ ਨੇ ਕਿ ਅੱਜ ਇਹਨਾਂ ਬੱਚਿਆਂ ਨੂੰ ਆਪਾਂ ਆਪਣੇ ਨਾਲ ਧਰਮ ਦੇ ਨਾਲ ਜੋੜ ਕੇ ਕਿਵੇਂ ਰੱਖਣਾ ਇਹ ਖਾਸ ਉਪਰਾਲੇ ਜਿਹੜੇ ਕੀਤੇ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ GNG ਗੁਰਦੁਆਰਾ ਪ੍ਰਬੰਧਕ ਕਮੇਟੀ ਦਾ।